ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੁਸੀਂ ਵੇਖ ਰਹੇ ਹੋ ਸੁਪਰ ਹਿੱਟ ਪੰਜਾਬੀ ਤੇ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਹੋਈ ਲੇਟੈਸਟ ਅਪਡੇਟ। ਸੁਪਰ ਹਿੱਟ ਪੰਜਾਬੀ ਮੇਂ ਆਪਕਾ ਸਵਾਗਤ ਹੈ। ਅੱਜ ਹਮ ਸਾਗਰ ਸਟੂਡੀਓ ਕੇ ਮਨਰਾਜ ਰਾਏ ਕੇ ਸਾਥ ਹੈ। ਆਈਏ ਬਾਤਚੀਤ ਕਰਤੇ ਹੈ ਇਨਸੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਸ ਵਧੀਆ ਜੀ। ਹਾਂਜੀ, ਅੱਜ ਮੈਂ ਪੁੱਛਣਾ ਚਾਹਾਂਗਾ, ਜਿਹੜਾ ਅੱਜ ਸੋਨੀ ਦਾ ਕੈਮਰਾ ਲਾਂਚ ਹੋਇਆ ਹੈ, ਉਹਦੇ ਨਾਲ ਸਾਡੀ ਬਾਲੀਵੁੱਡ ਇੰਡਸਟਰੀ ਵਿੱਚ ਕੀ ਫਰਕ ਪੈਣ ਵਾਲਾ ਹੈ? ਦੇਖੋ, ਫਰਕ ਤਾਂ ਪਏਗਾ ਹੀ। ਇੱਕ ਮੈਂ ਛੋਟੀ ਜਿਹੀ ਇਗਜ਼ੈਂਪਲ ਵੀ ਤੁਹਾਨੂੰ ਬਾਅਦ 'ਚ ਦਿੰਦਾ। ਇਹ ਕੈਮਰੇ 'ਤੇ ਹਾਲੀਵੁੱਡ ਬਾਲੀਵੁੱਡ ਸ਼ੂਟ ਕਰ ਰਿਹਾ। ਨੌਰਥ ਇੰਡੀਆ ਦਾ ਪਹਿਲਾ ਕੈਮਰਾ ਇੱਥੇ ਡਿਲੀਵਰ ਹੋਇਆ ਚੰਡੀਗੜ੍ਹ ਦੇ ਵਿੱਚ, ਨੀਟੂ ਭਾਜੀ ਸਾਇਆ ਫਿਲਮਸ ਤੋਂ ਸੋਨੀ ਕੈਮਰਾ ਪਹਿਲੇ ਇੱਥੇ ਆਇਆ ਹੈ, ਤਾਂ ਇਹਦੀ ਡਿਮਾਂਡ ਤਾਂ ਹੈ ਹੀ ਆ। ਔਰ ਅਸੀਂ ਵੀ ਜਿਹੜੀਆਂ ਫਿਲਮਾਂ ਹੁਣ ਕਰ ਰਹੇ ਹੈਗੇ, ਅਸੀਂ ਆਲਰੇਡੀ ਇਹਦੇ 'ਤੇ ਪਲੈਨ ਕੀਤੀਆਂ ਹੋਈਆਂ ਨੇ। ਤਾਂ ਬੜੀ ਖੁਸ਼ੀ ਆ ਭਾਜੀ ਹੁਣਾਂ ਨੂੰ, ਪਹਿਲੇ ਤਾਂ ਵਧਾਈਆਂ ਬਹੁਤ ਬਹੁਤ ਕਿ ਇਹਨਾਂ ਨੇ ਇਨੀਸ਼ੀਏਟਿਵ ਲਿਆ। ਬਾਕੀ ਕੈਮਰੇ ਦੀ ਕੁਆਲਿਟੀ ਜਿਹੜੀ ਹੈ, ਇੱਕ ਮੈਂ ਸਟੱਡੀ ਕਰਦਾ ਸੀਗਾ ਅਤੇ ਮੈਨੂੰ ਟੀਚਰ ਨੇ ਦੱਸਿਆ ਸੀ, ਮੈਂ ਪੁੱਛਿਆ ਕਿ ਇਹ ਜਿਹੜੇ ਛੋਟੇ ਕੈਮਰੇ ਲੈਂਸ ਹੁੰਦੇ ਹੈਗੇ ਔਰ ਵੱਡੇ ਲੈਂਸ ਦਾ ਕੀ ਫਰਕ ਹੁੰਦਾ? ਕਹਿੰਦਾ ਇੱਕ ਕੌਲੀ ਰੱਖ ਦਿਉ ਬਰਸਾਤ ਦੇ ਵਿੱਚ ਔਰ ਇੱਕ ਪਰਾਤ ਰੱਖ ਦਿਉ, ਉਹ ਪਾਣੀ ਕਿਚ ਜ਼ਿਆਦਾ ਭਰੂਗਾ, ਉਹ ਕੁਆਲਿਟੀ ਹੁੰਦੀ ਹੈਗੀ। ਯੈਸ, ਤੋ ਇਹ ਤੁਸੀਂ ਲਾਓ, ਇਹ ਪਰਾਤ ਨਹੀਂ, ਇਹ ਤਾਂ ਪੂਰਾ ਕੀ ਕਹਿੰਦੇ ਹੁੰਦੇ, ਛਤਰੀ ਹੈ। ਹਾਂ, ਛਤਰੀ ਤੋਂ ਵੱਡੀ, ਸੈਂਸਰ ਵੱਡਾ। ਹਾਂਜੀ, ਤੇ ਕੁਆਲਿਟੀ ਓਬਵੀਅਸ ਬੜੀ ਆ ਗਈ। ਔਰ ਨਵੀਂ ਟੈਕਨੋਲੋਜੀ ਨਾਲ ਆਇਆ ਹੈ ਕੈਮਰਾ, ਜਿਹਦੇ ਵਿੱਚ ਹੁਣ 8K ਲਾਂਚ ਹੋਇਆ। ਇਹਦੇ ਵਿੱਚ ਹੋਰ ਵੀ ਫੀਚਰਸ ਨੇ ਜਿਹੜੇ ਟੈਕਨੀਕਲ ਹੁਣ ਦੱਸੇ ਨੇ ਕਿ ਤੁਸੀਂ ਇੱਕ ਫੁੱਲ ਫਰੇਮ ਸ਼ੂਟ ਕਰਦੇ ਹੋ ਤਾਂ ਕਰੋਪ ਜਿੰਨਾ ਮਰਜ਼ੀ ਕਰੋ, ਉਹਦੇ ਗ੍ਰੇਨਸ ਨਹੀਂ ਫੜਦੇ ਉਹਦੇ। ਹਾਂਜੀ, ਮੇਨ ਜਿਹੜਾ ਫੀਚਰ ਹੈਗਾ, ਔਰ ਇਨਬਿਲਟ ਮੈਮਰੀ ਹੈ ਇਹਦੇ ਵਿੱਚ। ਤੋ ਬੜੀ ਖੁਸ਼ੀ ਹੈ ਜੀ ਕਿ ਇੱਥੇ ਕੈਮਰਾ ਆਇਆ, ਔਰ ਅੱਗੇ ਕੰਮ ਤਾਂ ਵਧੇਗਾ। ਅਸੀਂ ਹੁਣ 1 ਤੋਂ 4 ਬਣਾਵਾਂਗੇ ਕੈਮਰੇ। ਠੀਕ, ਸਾਨੂੰ ਫਿਰ ਇਹ ਲੱਗਦਾ ਹੁਣ ਯਾਨੀ ਸਾਊਥ ਦੇ ਪਿਕਚਰਾਂ ਨੂੰ ਮੁਕਾਬਲਾ ਹੋਏਗਾ ਕਿ ਬਾਲੀਵੁੱਡ ਦਾ? ਬਿਲਕੁਲ ਹੋਏਗਾ। ਔਰ ਦੱਸੋ, ਆਪਾਂ ਇੰਨੀਆਂ ਅੱਛੀਆਂ ਫਿਲਮਾਂ ਪੰਜਾਬੀ 'ਚ ਬਣ ਰਹੀਆਂ ਨੇ, ਠੀਕ ਹੈ ਜੀ, ਔਰ ਅੱਗੇ ਵੀ ਟੈਕਨੋਲੋਜੀ ਜਿੰਨੀ ਅਪਗ੍ਰੇਡ ਹੋਏਗੀ ਉਨੇ ਹੀ ਕੁਆਲਿਟੀ ਵੀ ਅਪਗ੍ਰੇਡ ਹੋਏਗੀ। ਤੋ ਇਹ ਬੜਾ ਜ਼ਰੂਰੀ ਸੀ ਕੈਮਰਾ ਆਉਣਾ ਔਰ ਆਇਆ ਹੈਗਾ ਇੱਥੇ। ਉਹ ਸਭ ਤੋਂ ਬੜੀ ਗੱਲ ਹੈ ਕਿ ਬਾਲੀਵੁੱਡ ਦੇ ਜਿਹੜੇ ਇੱਥੇ ਆ ਕੇ ਸ਼ੂਟ ਕਰ ਰਹੇ ਨੇ ਉਹਨਾਂ ਨੂੰ ਵੀ ਬੜੀ ਇਹਦੀ ਡਿਮਾਂਡ ਰਹਿੰਦੀ ਆ, ਤੋ ਪਹਿਲੇ ਬੁਕਿੰਗ ਕਰਾਉਣਗੇ ਭਾਅ ਜੀ ਨੂੰ। ਬਿਲਕੁਲ, ਠੀਕ ਹੈ ਜੀ, ਅਤੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਸੋਨੀ ਕੈਮਰਾ ਇੱਥੇ ਲੈ ਕੇ ਆਏ ਨੇ, ਉਹਨਾਂ ਦੀ ਟੀਮ ਵੀ ਆਈ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਅਤੇ ਭਾਅ ਜੀ ਉਹਨਾਂ ਨੂੰ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ। ਔਰ ਫਿਰ ਇਹ ਜਿਹੜਾ ਹੁਣ ਕੈਮਰਾ ਆਇਆ, ਇਹਦੇ ਨਾਲ ਕੋਈ ਹਾਲੇ ਕੋਈ ਫਿਲਹਾਲ ਕੋਈ ਐਸਾ ਪ੍ਰੋਡਕਟ ਆਇਆ ਯਾਨੀ ਜਾਂ ਫਿਲਮ ਕੋਈ ਐਸੀ ਜਿਹਦੇ 'ਚ ਜਾਂਦੇ ਫਿਲਮ ਕੋਈ ਸ਼ੁਰੂ ਹੋਣ ਵਾਲੀ? ਬਿਲਕੁਲ ਜੀ, ਇਹ ਆਲਰੇਡੀ ਬੁਕਿੰਗ ਹੈ ਜੀ, ਤਾਂ ਇਸ ਲਈ ਕੈਮਰਾ ਆ ਗਿਆ। ਇਹ ਹੁਣ ਬਸ ਸ਼ੁਰੂ ਹੈ ਜੀ ਕੰਮ, ਅਤੇ ਜਲਦੀ ਤੁਹਾਨੂੰ ਉਹ ਵੀ ਅਨਾਊਂਸ ਕਰਾਂਗੇ ਕਿਹੜੀਆਂ ਫਿਲਮਾਂ ਆ ਰਹੀਆਂ ਇਹਦੇ 'ਤੇ। ਸਾਡੇ ਕੋਲ 20 ਸਤੰਬਰ ਤੋਂ ਬੁਕਿੰਗ ਸ਼ੁਰੂ ਹੈ ਸਾਰੀਆਂ, ਸਤੰਬਰ ਅਕਤੂਬਰ ਨਵੰਬਰ ਆਲਰੇਡੀ ਬੁੱਕਡ ਹੈ, ਇਸ ਕਰਕੇ ਹੀ ਆਇਆ ਹੈ। ਚਲੋ, ਬਹੁਤ ਬਹੁਤ ਮੁਬਾਰਕ ਆ ਜੀ। ਮੈਂ ਕਹਿ ਰਿਹਾ ਚੜ੍ਹਦੀ ਕਲਾਈ 'ਚ ਰੱਖੇ ਸਾਨੂੰ ਸਭ ਨੂੰ। ਬਿਲਕੁਲ, ਥੈਂਕ ਯੂ ਜੀ। ਬਾਲੀਵੁੱਡ ਇੰਡਸਟਰੀ ਨਾਲ ਜੁੜੀਆਂ ਹੋਈਆਂ ਹੋਰ ਅਪਡੇਟਸ ਤੇ ਵੀਡੀਓਜ਼ ਦੇ ਲਈ ਸਬਸਕ੍ਰਾਈਬ ਕਰ ਦਿਓ ਸੁਪਰ ਹਿੱਟ ਪੰਜਾਬੀ, ਤੇ ਕੋਈ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋਵੇ ਇਸ ਕਰਕੇ ਨੋਟੀਫਿਕੇਸ਼ਨ ਬੈਲ ਵੀ ਜ਼ਰੂਰ ਵਜਾ ਦਿਓ।